ਕੋਟਪੁਰਾ ਦੀ ਨਵੀਂ ਅਨਾਜ ਮੰਡੀ ਤੋਂ ਸੀਜ਼ਨ ਦੌਰਾਨ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਨੂੰ ਜਾਣਨ ਦੇ ਲਈ ਅਤੇ ਉਹਨਾਂ ਦੇ ਹੱਲ ਦੇ ਲਈ ਵਿਸ਼ੇਸ਼ ਰੂਪ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ OST ਸੰਦੀਪ ਸਿੰਘ ਬਰਾੜ ਸਨੀ ਨੇ ਆਉਣ ਵਾਲੇ ਗੇਹੂੰ ਦੇ ਸੀਜ਼ਨ ਦੇ ਚੱਲਦੇ ਮਜ਼ਦੂਰਾਂ ਅਤੇ ਆੜ੍ਹਤੀਆਂ ਨਾਲ ਮੁਲਾਕਾਤ ਕੀਤੀ ਅਤੇ ਸੀਜ਼ਨ 'ਚ ਆਉਣ ਵਾਲੀਆਂ ਦਿੱਕਤਾਂ ਦੇ ਵੱਲ ਮੁਸ਼ਕਿਲਾਂ ਦੇ ਬਾਰੇ ਵਿਚਾਰ ਚਰਚਾ ਕੀਤੀ। ਇਸ ਦੌਰਾਨ ਸੰਦੀਪ ਸਿੰਘ ਬਰਾੜ ਨੇ ਕਿਹਾ ਕਿ ਕਿਸੇ ਨੂੰ ਵੀ ਕੋਈ ਮੁਸ਼ਕਿਲ ਨਹੀਂ ਆ ਦਿੱਤੀ ਜਾਏਗੀ ਅਤੇ ਗੇਹੂੰ ਦਾ ਇੱਕ ਦਾਣਾ ਵਿਘਨ ਉਠਾਇਆ ਜਾਏਗਾ। ਦੇਖੋ, ਅੱਜ ਮੇਰੇ ਕੋਲ ਕੋਟਪੁਰਾ ਮੰਡੀ ਕੇ ਸਾਰੇ ਮਜ਼ਦੂਰਾਂ ਨੇ ਮੁਝਸੇ ਕਾਫੀ ਆਪਣੀ ਮਨ ਕੀ ਬਾਤੇਂ ਕੀ ਹੈ। ਹਮਾਰੀ ਕਾਂਗਰਸ ਪਾਰਟੀ ਕੇ ਇੱਕ ਬਹੁਤ ਸਥੰਭ ਰੂਪ ਕੇ ਅੰਦਰ ਇਹਨਾਂ ਨੇ ਹਮਾਰੀ ਮਦਦ ਕੀ ਹੈ ਔਰ ਇਹ ਹਮਾਰੇ ਸ਼ੁਰੂ ਸੇ ਕਾਂਗਰਸ ਪਾਰਟੀ ਕੇ ਸਾਥ ਇਹ ਸਾਰੇ ਮਜ਼ਦੂਰ ਯੂਨੀਅਨ ਰਹੀ ਹੈ। ਇਹਨਾਂ ਨੇ ਆਪਣੀ ਕੁਛ ਮੰਗੇ ਬਤਾਈ ਹੈ, ਅਬ ਉਨਸੇ ਇਨਸੇ ਲੈ ਕੇ ਕੁਛ ਚਰਚਾ ਕਰਤੇ ਹੈ ਸਰਕਾਰ ਸੇ ਵੀ ਕੈਸੇ ਇਨਕੀ ਮੰਗੇ ਪੂਰੀ ਕਰੀ ਜਾ ਸਕੇ। ਆਨੇ ਵਾਲੇ ਟਾਈਮ ਮੇਂ ਸੋਚੇਂਗੇ ਵੀ ਇਨਕਾ ਕੁਛ ਨਾ ਕੁਛ ਜ਼ਰੂਰ ਜੋ ਇਹਨਾਂ ਨੇ ਮੰਗੇ ਜਾਇਜ਼ ਮੰਗੀ ਹੈ ਉਸਕੋ ਹਮ ਪੂਰੇ ਕਰਨੇ ਕੀ ਕੋਸ਼ਿਸ਼ ਕਰੇਂਗੇ। ਅੱਜ ਬਰਾੜ ਸਾਹਿਬ ਅਚਾਨਕ ਮੰਡੀ ਕੋਟਪੁਰਾ ਕਾ ਦੌਰਾ ਕੀਆ ਉਹਨੇ ਕੋਟਪੁਰਾ ਆ ਕਰ ਮੰਡੀ ਕੇ ਆੜ੍ਹਤੀਓਂ ਕੀ ਮਜ਼ਦੂਰੋਂ ਕੀ ਜੋ ਵੀ ਕੋਈ ਮੁਸੀਬਤੇ ਸੁਣੀ ਯਹਾਂ ਪਰ ਆ ਕੇ ਮੰਡੀ ਕੀ ਕਾਰਵਾਈ ਕੋ ਦੇਖਾ। ਕਣਕ ਕੇ ਸੀਜ਼ਨ ਕੀ ਤਿਆਰੀਆਂ ਮੇਂ ਲਗੇ ਹੋਏ ਹੈ ਤਾਂ ਕਿ ਕਿਸੀ ਵੀ ਕਿਸਾਨ ਕੋ ਜਾਂ ਆੜ੍ਹਤੀ ਕੋ ਜਾਂ ਲੇਬਰ ਕੋ ਪਰੇਸ਼ਾਨੀ ਨਾ ਆਏ। ਕੁਛ ਲੇਬਰ ਵਾਲੋਂ ਨੇ ਆਪਣੀ ਡਿਮਾਂਡ ਰੱਖੀ ਤੋ ਉਹਨਾਂ ਨੇ ਪੂਰਾ ਕਿਹਾ ਕਿ ਮੇਰੀ CM ਸੇ ਬਾਤ ਕਰਕੇ ਆਪਣੀ ਮੁਸੀਬਤ ਕੋ ਪੂਰਾ ਹੱਲ ਕੀਆ ਜਾਏਗਾ। ਕੋਟਪੁਰਾ ਤੋਂ ਵਰਸੀਮ ਚੋਪੜਾ ਦੀ ਰਿਪੋਰਟ, ਚੈਨਲ 2।